ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਵੀਰੋ, ਅੱਜ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਮੁੱਖ ਅਹੁਦੇਦਾਰਾਂ ਦੀ ਮੀਟਿੰਗ ਹੋਈ ਹੈ ਸੁਖਚੈਨਾ ਸਾਹਿਬ ਪਗੋੜਾ ਵਿਖੇ, ਔਰ ਇਸ ਦੇ ਵਿੱਚ ਇੱਕ ਮਤ ਹੋ ਕੇ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਜਿਹੜੀ ਫਗਵਾੜਾ ਮਿਲ ਦੀ ਪਿਛਲੀ ਬਕਾਇਆ ਪੇਮੈਂਟ, ਪਿਛਲੇ ਸੀਜ਼ਨਾਂ ਦੀ ਬਕਾਇਆ ਪੇਮੈਂਟ, ਔਰ ਜਿਹੜਾ ਕਰੰਟ ਸੀਜ਼ਨ ਦੀ ਬਕਾਇਆ ਪੇਮੈਂਟ, ਔਰ ਜਿਹੜੀਆਂ ਇਹਨਾਂ ਨੇ ਕਿਸਾਨ ਦੀਆਂ ਪਲਾਂਟੀਆਂ ਕੱਟੀਆਂ ਹੋਈਆਂ ਨੇ ਉਹਨਾਂ ਦੀ ਪੇਮੈਂਟ ਨੂੰ ਲੈ ਕੇ। ਸੋ ਉਹਦੇ ਵਿੱਚ ਅਸੀਂ ਸਰਕਾਰ ਨੂੰ ਅਗਾਹ ਕਰਨਾ ਚਾਹੁੰਦੇ ਹਾਂ, ਜਿਵੇਂ ਕਿ ਸਾਡੇ ਨਾਲ ਸਰਕਾਰ ਨੇ ਸੀਜ਼ਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਜਦੋਂ ਮੇਲੂ ਤਾਲੇ ਲਗਾਏ ਗਏ ਸੀ, ਅਤੇ ਸਾਡੇ ਨੇ ਇੱਕ ਵਾਅਦਾ ਕੀਤਾ ਸੀ ਲਿਖਤੀ ਦੇ ਵਿੱਚ ਕਿ ਜਿਹੜੇ ਮਿਲ ਦੇ ਨਵੇਂ ਮਾਲਕ ਨੇ ਰਾਣਾ ਗੁਰਜੀਤ ਗਰੁੱਪ, ਉਹਨਾਂ ਵੱਲੋਂ ਉਹਨਾਂ ਦਾ ਲੜਕਾ ਇੰਦਰ ਪ੍ਰਤਾਪ ਰਾਣਾ ਜਿਹੜਾ ਉਹ ਵੀ ਵਿੱਚ ਆ ਕੇ ਬੈਠਾ ਸੀ ਮੀਟਿੰਗ ਦੇ, ਔਰ ਉਹਨੇ ਰਿਟਨ ਦੇ ਵਿੱਚ ਸਾਈਨ ਕਰਕੇ ਦਿੱਤੇ ਸਨ ਕਿ 30 ਅਪ੍ਰੈਲ ਤੱਕ ਜਿਹੜਾ ਪਿਛਲਾ ਬਕਾਇਆ ਉਹ ਕਲੀਅਰ ਕੀਤਾ ਜਾਏਗਾ ਔਰ ਕਰੰਟ ਸੀਜ਼ਨ ਦਾ 15 ਦਿਨਾਂ ਦੇ ਵਿੱਚ ਵਿੱਚ ਪੇਮੈਂਟ ਪਾਈ ਜਾਏਗੀ। ਪਰ ਉਸ ਵਾਅਦੇ ਤੋਂ ਰਾਣਾ ਗੁਰਜੀਤ ਗਰੁੱਪ ਵੀ ਮੁੱਕਰਿਆ ਔਰ ਪੰਜਾਬ ਸਰਕਾਰ ਵੀ ਮੁੱਕਰੀ, ਔਰ ਸਾਡੀ ਕਿਸਾਨਾਂ ਦੀ ਪਲਾਂਟੀ ਕੱਟੀ ਹੋਈ ਹੈ। ਜਦ ਇਹਨਾਂ ਨੇ ਸਾਡੀ ਪੇਮੈਂਟ 15 ਦਿਨੀ ਨਹੀਂ ਪਾਉਣੀ, ਸਾਡੀ ਇਹਨਾਂ ਨੇ ਪੇਮੈਂਟ 4-4, 5-5 ਸਾਲ ਰੱਖ ਕੇ ਪੇਮੈਂਟਾਂ ਸਾਡੀਆਂ ਹੁਣ ਤੱਕ ਨਹੀਂ ਪਾਈਆਂ, ਅਤੇ ਪਲਾਂਟੀ ਕੱਟਣ ਦਾ ਹੱਕ ਇਹਨਾਂ ਨੂੰ ਕਿਵੇਂ ਹੋ ਗਿਆ? ਸਾਡੀ ਪਲਾਂਟੀ ਵੀ ਵਾਪਸ ਕੀਤੀ ਜਾਵੇ? ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਸਾਡੇ ਇਹ ਪੈਸੇ ਜਿਹੜੇ ਕਿਸਾਨਾਂ ਦੇ ਉਹਨਾਂ ਦੇ ਖਾਤਿਆਂ 'ਚ ਨਹੀਂ ਪਾਉਂਦੀ, ਤਾਂ ਫਿਰ ਇੱਕ ਵੱਡਾ ਸੰਘਰਸ਼ ਬਗਵਾੜੇ ਵਿੱਚ ਅਸੀਂ ਕਰਾਂਗੇ। ਉਹਦੇ ਵਿੱਚ ਕੁਛ ਵੀ ਹੋ ਸਕਦਾ, ਮਿਲ ਗੇਟ ਵੀ ਘੇਰ ਸਕਦੇ ਹਾਂ ਅਤੇ ਹਾਈਵੇ ਵੀ ਘੇਰ ਸਕਦੇ ਹਾਂ। ਸੋ ਪੰਜਾਬ ਸਰਕਾਰ ਨੂੰ ਅਸੀਂ ਇਹ ਤਾੜਨਾ ਕਰਦੇ ਹਾਂ ਕਿ ਭਾਈ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਜ਼ਿੰਮੇਵਾਰੀ ਵਿੱਚ ਬੈਠ ਕੇ ਚੱਕੀ ਸੀ, ਇਹਨੂੰ ਨਿਭਾਓ, ਨਹੀਂ ਤਾਂ ਜੇਕਰ ਹਾਈਵੇ ਜਾਮ ਹੁੰਦਾ ਜਾਂ ਕੋਈ ਗੇਟ ਘੇਰੇ ਜਾਂਦੇ ਆ ਉਹਦੀ ਰਿਸਪੋਂਸੀਬਿਲ ਜਿਹੜੀ ਆ ਉਹ ਬਿਲਕੁਲ ਪੰਜਾਬ ਸਰਕਾਰ ਹੋਏਗੀ। ਸੋ ਇਹ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਕਿਸਾਨਾਂ ਦੇ ਜਿਹੜੇ ਪੈਸੇ ਕਰਨ ਦੀ ਬਕਾਇਆ ਰਾਸ਼ੀ ਆ ਪਿਛਲੇ ਸੀਜ਼ਨ ਦੀ ਜਾਂ ਕਰੰਟ ਸੀਜ਼ਨ ਦੀ ਵਿਦ ਪਲਾਂਟੀ ਉਹਨਾਂ ਦੇ ਖਾਤਿਆਂ ਵਿੱਚ ਤੁਰੰਤ ਉਹਨਾਂ ਦੇ ਖਾਤਿਆਂ 'ਚ ਪਾਈ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।